ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਬੀਤੇ ਦਿਨੀ ਅਸੀਂ ਇੱਕ ਵੀਡੀਓ ਨਸ਼ਰ ਕੀਤੀ ਸੀ ਆਪਣੇ ਚੈਨਲ ਦੇ ਉੱਤੇ, ਜਿਸ ਦੇ ਵਿੱਚ ਦਿਖਾਇਆ ਸੀ ਕਿ ਕੈਨੇਡਾ ਵਿੱਚ ਰਹਿੰਦੇ ਇੱਕ ਸਿੱਖ ਵਿਦਿਆਰਥੀ ਦੇ ਉੱਤੇ ਕਿਸ ਤਰੀਕੇ ਨਾਲ ਉਹਦੇ ਨਾਲ ਰੂਮ ਸ਼ੇਅਰ ਕਰਦਾ ਹੋਇਆ ਪਰਿਵਾਰ ਧੱਕਾ ਕਰ ਰਿਹਾ ਹੈ ਅਤੇ ਉਹ ਸਿੱਖ ਵਿਦਿਆਰਥੀ ਹੱਥ ਬੰਨ ਕੇ ਮਾਫੀਆਂ ਮੰਗਦਾ ਹੋਇਆ ਨਜ਼ਰ ਆ ਰਿਹਾ ਸੀ। ਕਿਰਪਾ ਕਰਕੇ ਅਜਿਹਾ ਕੰਮ ਨਾ ਕਰੋ, ਕਿਉਂਕਿ ਉਹਦੇ ਨਾਲ ਬੇਸਮੈਂਟ ਸ਼ੇਅਰ ਕਰਦਾ ਹੋਇਆ ਪਰਿਵਾਰ, ਜਿਸ ਦੇ ਵਿੱਚ ਇੱਕ ਮਾਂ ਅਤੇ ਪੁੱਤ ਸਨ, ਉਹ ਪੁੱਤ ਆਪਣੀ ਮਾਂ ਨੂੰ ਕਹਿ ਰਿਹਾ ਸੀ ਕਿ ਆਪਣੇ ਕੱਪੜੇ ਪਾੜ ਤਾਂ ਕਿ ਇਸ ਨੂੰ ਅਸੀਂ ਡਿਪੋਰਟ ਕਰਵਾ ਸਕੀਏ, ਇਹਨੂੰ ਅਸੀਂ ਸਜ਼ਾ ਦਵਾ ਸਕੀਏ। ਤੁਹਾਨੂੰ ਦੱਸ ਦਈਏ ਕਿ ਉਸ ਬੇਸਮੈਂਟ ਦਾ ਕਿਰਾਇਆ $800 ਸੀ, ਜਿਸ ਦੇ ਵਿੱਚੋਂ ਅੱਧਾ ਕਿਰਾਇਆ ਅਮਰਜੀਤ ਸਿੰਘ ਸੈਣੀ, ਜਿਸਨੇ ਕਿ ਉਹ ਵੀਡੀਓ ਬਣਾਈ ਸੀ ਜਿਸ ਦੇ ਨਾਲ ਧੱਕਾ ਕੀਤਾ ਜਾ ਰਿਹਾ ਸੀ, ਉਹ ਦੇ ਰਿਹਾ ਸੀ ਅਤੇ ਬਾਕੀ ਦਾ ਅੱਧਾ ਕਿਰਾਇਆ ਉਹ ਮਾਂ ਪੁੱਤ ਦਿੰਦੇ ਸੀ। ਪਰ ਫਿਰ ਵੀ ਇਹਨਾਂ ਮਾਂ ਪੁੱਤ ਨੇ ਉਸ ਬੱਚੇ ਦਾ ਉੱਥੇ ਜੀਣਾ ਹਰਾਮ ਕੀਤਾ ਹੋਇਆ ਸੀ। ਆਖਿਰ ਕੀ ਸੀ ਇਹ ਸਾਰੀ ਦਾਸਤਾਂ, ਆਓ ਜਾਣਦੇ ਹਾਂ ਅਮਰਜੀਤ ਸਿੰਘ ਸੈਣੀ ਦੀ ਜ਼ੁਬਾਨੋਂ। ਹਾਂਜੀ, ਫੇਸਬੁੱਕ 'ਤੇ ਗੁਰਪ੍ਰੀਤ ਸਿੰਘ ਸਹੋਤਾ ਦੇ ਨਾਲ ਜੁੜ ਚੁੱਕੇ ਸਾਰੇ ਦਰਸ਼ਕੋ ਸੋਤਿਓ, ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੀ ਪਾਰਕਿੰਗ ਲੋਟ ਦੇ ਵਿੱਚ ਖੜ੍ਹੇ ਹਾਂ ਜੀ, ਅਤੇ ਮੇਰੇ ਨਾਲ ਉਹ ਅੰਤਰਰਾਸ਼ਟਰੀ ਵਿਦਿਆਰਥੀ ਅਮਰਜੀਤ ਸਿੰਘ ਸੈਣੀ ਆ, ਜਿਹਦੇ ਬਾਰੇ ਆਪਾਂ ਬਹੁਤਿਆਂ ਨੇ ਦੇਖੀ ਆ, ਕੱਲ੍ਹ ਵੀਡੀਓ ਵਾਇਰਲ ਹੋਈ ਜਿਹਨੂੰ ਬੇਇੱਜ਼ਤ ਹੋ ਗਏ, ਡਰਾਵੇ ਦੇ ਕੇ ਬੇਸਮੈਂਟ ਵਿੱਚੋਂ ਬਾਹਰ ਕੱਢਣ ਲਈ ਕਿਹਾ ਜਾ ਰਿਹਾ ਸੀਗਾ, ਅਤੇ ਨਾਲ ਇਹ ਇੱਕ ਜਿਹੜਾ ਸ਼ਖਸ ਜਿਹੜਾ ਕਿ ਸਾਥੀ ਕਿਰਾਏਦਾਰੇ ਸੀ ਇਹਦਾ, ਉਹ ਆਪਣੀ ਮਾਤਾ ਨੂੰ ਕਹਿ ਰਿਹਾ ਸੀ ਕਿ ਤੂੰ ਕੱਪੜੇ ਪਾੜ ਲਾ, ਅਤੇ ਉਸ ਤੋਂ ਬਾਅਦ ਇਹਨੂੰ ਆਪਾਂ ਡਿਪੋਰਟ ਕਰਾਉਂਦੇ ਹਾਂ। ਇਹਦੇ ਨਾਲ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ। ਛੋਟੇ ਵੀਰ, ਕਦੋਂ ਆਏ ਤੁਸੀਂ ਇੱਥੇ ਕੈਨੇਡਾ? ਅਸੀਂ ਕੈਨੇਡਾ 'ਚ ਆਏ ਜੀ, 1.5 ਮਹੀਨਾ ਹੋ ਗਿਆ ਜੀ ਪੂਰਾ। ਅਤੇ ਕਿੰਨੇ ਕੁ ਦਿਨਾਂ ਤੋਂ ਉੱਥੇ ਬੇਸਮੈਂਟ 'ਚ ਰਹਿ ਰਹੇ ਸੀਗੇ? 20 ਦਿਨ ਹੋ ਗਏ ਬੇਸਮੈਂਟ 'ਚ ਰਹਿੰਦੇ ਜੀ। ਅਤੇ ਪਤਾ ਕਿਵੇਂ ਲੱਗਾ ਵੀ ਉਸ ਬੇਸਮੈਂਟ 'ਚ ਰਹਿਣਾ, ਇੱਥੋਂ ਦਸ਼ਮੇਸ਼ ਦਰਬਾਰ ਸਾਹਿਬ ਤੋਂ? ਹਾਂਜੀ, ਮੈਂ ਦਸ਼ਮੇਸ਼ ਦਰਬਾਰ ਗੁਰਦੁਆਰੇ ਰੁਕਿਆ ਪਿਆ ਸੀ ਪਹਿਲੋਂ, ਇੱਥੇ ਥੱਲੇ ਉਹਨਾਂ ਨੇ ਐਡ ਲਾਈ ਪਈ, ਲਿਖ ਕੇ ਰੱਖਿਆ ਸੀ ਆਪਣਾ ਐਡਰੈਸ, ਇਸ ਨੰਬਰ 'ਤੇ ਕਾਲ ਕਰੋ ਅਤੇ ਸਾਡੇ ਨਾਲ ਸ਼ੇਅਰ ਕਰੋ। ਠੀਕ, ਮੈਂ ਉੱਥੇ ਕਾਲ ਕੀਤੀ ਤਾਂ ਉਹਨਾਂ ਕੋਲ ਚਲ ਗਿਆ। ਅਤੇ ਕਿੰਨਾ ਰੈਂਟ ਤੁਸੀਂ ਦਿੱਤਾ ਉਹਨਾਂ ਨੂੰ ਮਹੀਨੇ ਦਾ, ਕੀਤਾ ਕੀ ਮਕਾਇਆ ਸੀ ਉਹਨਾਂ ਦੇ ਨਾਲ? 400 ਰੈਂਟ ਕੀਤਾ ਵੀ, 400 ਰੈਂਟ ਦੇਣਾ, 200 ਸਿਕਿਉਰਿਟੀ ਡਿਪੋਜ਼ਿਟ, ਅਤੇ ਰੋਟੀ ਪਾਣੀ ਦਾ ਕਹਿੰਦੇ ਫਿਲਹਾਲ 200 ਦੇ ਦਿਓ, ਬਾਅਦ 'ਚ ਲੋੜ ਪਈ ਤਾਂ 100-200 ਹੋਰ ਵੀ ਲੈ ਲਵਾਂਗੇ ਤੁਹਾਡੇ ਤੋਂ। ਕਿੰਨੇ ਬੈੱਡਰੂਮ ਦੀ ਬੇਸਮੈਂਟ ਸੀਗੀ ਜਿਹੜੇ ਤੁਸੀਂ ਰਹਿੰਦੇ ਸੀਗੇ? ਇੱਕ ਬੈੱਡਰੂਮ ਦੀ ਬੇਸਮੈਂਟ ਸੀ। ਸੋ ਇੱਕ ਬੈੱਡਰੂਮ ਦੀ ਬੇਸਮੈਂਟ 'ਚ ਕਿੰਨੇ ਜਾਣੇ ਤੁਸੀਂ ਰਹਿੰਦੇ ਸੀਗੇ? ਮੈਂ ਅਤੇ ਉਹ ਮੁੰਡਾ ਰਹਿੰਦੇ ਸੀ ਬੈੱਡਰੂਮ 'ਚ, ਅਤੇ ਮੰਮੀ ਉਹਦੇ ਡਾਇਨਿੰਗ ਰੂਮ 'ਚ ਬਾਹਰ ਸੁਣਦੇ ਸੀ। ਠੀਕ ਹੈ ਜੀ। ਸੋ ਤੁਸੀਂ ਇੱਕ ਤਰ੍ਹਾਂ ਤਿੰਨਾਂ ਜਣਿਆਂ ਨੇ ਰਲ ਕੇ ਬੇਸਮੈਂਟ ਜਿਹੜੀ ਉਹ ਸ਼ੇਅਰ ਕੀਤੀ ਹੋਈ ਸੀ? ਹਾਂਜੀ, ਕੀਤੀ, ਪਰ ਕਿਰਾਇਆ ਅੱਧਾ ਅੱਧਾ ਹੁੰਦਾ ਹੁੰਦਾ ਜੀ, ਅੱਧਾ ਉਹਨਾਂ ਦੋਵਾਂ ਨੂੰ ਅਤੇ ਅੱਧਾ ਮੈਨੂੰ ਇਕੱਲੇ ਨੂੰ। ਸੋ 400 ਦਾ ਰੋਹ ਦਿੰਦੇ ਸੀ, 400 ਜੀ। ਅਤੇ ਫਿਰ ਕੀ ਗੱਲ ਹੋ ਗਈ ਅਚਾਨਕ ਇਕਦਮ ਹੀ ਕਿ ਤੁਹਾਡੇ ਜਿਹੜੇ 20 ਦਿਨਾਂ ਦੇ ਵਿੱਚ ਹੀ ਇੱਦਾਂ ਨਿਬੜ ਗਈ ਗੱਲ, ਅਤੇ ਕੀ ਦੋਸ਼ ਕੀ ਲਾਉਂਦੇ ਸੀ ਤੁਹਾਡੇ ਉੱਤੇ, ਕਿਉਂ ਤੁਸੀਂ, ਤੁਹਾਨੂੰ ਕਿਉਂ ਮਜਬੂਰ ਕਰਦੇ ਸੀ? ਇੱਕ ਥੋੜ੍ਹਾ ਬਹੁਤ ਰੋਟੀ ਤਾਂ ਹੋ ਗਿਆ ਵੀ, ਰੋਟੀ ਤੋਂ ਪੈਸੇ ਵੱਧ ਮੰਗਦੇ ਜੋ, ਮੈਂ ਕਿਹਾ ਤਾਂ ਬਾਹਰੋਂ ਖਾ ਲਿਆ ਕਰੂੰਗਾ। ਠੀਕ ਹੈ। ਅਤੇ ਦੂਜਾ ਉਹਨਾਂ ਨੇ ਕੀਤਾ ਵੀ ਘਰ 'ਚ ਜਿੱਦਾਂ ਮੈਂ ਕੰਮ ਕਰਕੇ ਉਹਨਾਂ ਨੇ ਕਹਿੰਦੇ ਤੂੰ ਲੇਟ ਹੁੰਦਾ ਰਾਤ ਨੂੰ, ਹਾਂ ਡਿਸਟਰਬ ਕਰਦਾ ਵਾਂ, ਜਦਕਿ ਡਿਸਟਰਬ ਕਦੀ ਕੀਤਾ ਨਹੀਂ, ਸਵੇਰੇ ਉੱਠ ਕੇ ਉਹਨਾਂ ਟਾਈਮ ਦੱਸ ਦਿੰਦਾ ਵੀ 9 ਵਜੇ ਰਾਤ ਆਇਆ। ਫਿਰ ਉਹ ਕਹਿੰਦੇ ਸੀ ਵੀ ਤੂੰ ਜਿਹੜਾ ਕੰਮ ਕਰਕੇ ਆਉਂਦਾ ਵਾ ਜਾਂ ਤੇਰੇ ਸੱਟਾਂ ਲੱਗੀਆਂ, ਮੇਰਾ ਐਕਸੀਡੈਂਟ ਹੋਇਆ, ਸੱਟਾਂ ਲੱਗੀਆਂ ਵਾ, ਕਹਿੰਦੇ ਤੁਹਾਨੂੰ ਇਨਫੈਕਸ਼ਨ ਹੋ ਜਾਣੀ ਆ, ਇਸ ਗੱਲ ਤੋਂ ਰੋਜ਼ ਹੀ ਕੋਈ ਨਾ ਕੋਈ ਕਲੇਸ਼ ਚੱਲਦਾ ਰਹਿੰਦਾ ਸੀ। ਫਿਰ ਉਹਨਾਂ ਨੇ ਮੇਰੀ ਕਿੱਟ ਅੱਗੇ ਪਿੱਛੇ ਰਾਤੀ, ਜਿਹੜੇ ਕੰਮ ਵਾਲੇ ਮੇਰੇ ਕੱਪੜੇ ਹੈਗੇ ਸੀ ਥੋੜ੍ਹੇ ਜਿਹੇ, ਅਤੇ ਜਿਹੜਾ ਕਿੱਟ ਮੈਂ ਲੱਭਦਾ ਪਿਆ, ਅਤੇ ਮਕਾਨ ਮਾਲਕ ਨੇ ਮੇਰੇ ਤੋਂ ਪੁੱਛ ਲਿਆ ਵੀ ਕੀ ਲੱਭਦਾ ਪਿਆ ਬਾਹਰ, ਅਤੇ ਮੈਂ ਦੱਸਤਾ ਵੀ ਮੈਂ ਕਿੱਟ ਲੱਭਦਾ ਪਿਆ, ਅਤੇ ਉਹਨਾਂ ਨੇ ਇਸੇ ਗੱਲ ਦਾ ਗੁੱਸਾ ਕੀਤਾ। ਮੈਂ ਮਕਾਨ ਮਾਲਕ ਨੂੰ ਕਿਹਾ ਤੂੰ ਇੰਨੀ ਗੱਲ ਕਹਿ ਤੀ ਵੀ ਇਹਨਾਂ ਨੇ ਕਿੱਟ ਮੈਨੂੰ ਅੰਦਰ ਨਹੀਂ ਰੱਖਣ ਦਿੰਦੇ ਅਤੇ ਮੇਰੇ ਕੱਪੜੇ ਬਾਹਰ ਰੱਖਦੇ ਆ, ਅਤੇ ਮੈਂ ਇਹਨੇ ਮਕਾਨ ਮਾਲਕ ਨਾਲ ਕਾਹਤੋਂ ਗੱਲ ਸ਼ੇਅਰ ਕੀਤੀ ਆ। ਇਸ ਗੱਲ ਕਰਕੇ ਉਹ ਕਹਿੰਦੇ ਵੀ ਤੁਹਾਡੀ ਬੇਇੱਜ਼ਤੀ ਕਰਾਈ ਆ, ਅਤੇ ਇਹਨੇ ਤੁਹਾਡੇ ਬੋਰਡ ਕਰਾਉਣਾ, ਤੇਰੇ 'ਤੇ ਝੂਠੇ ਇਲਜ਼ਾਮ ਲਾਉਣੇ ਆ। ਸੋ ਤੁਹਾਨੂੰ ਲੱਗਦਾ ਵੀ ਮਕਾਨ ਮਾਲਕ ਨੂੰ ਦੱਸਿਆ ਨਹੀਂ ਹੋਇਆ ਸੀਗਾ ਕਿ ਵੀ ਅਸੀਂ ਇੱਕ ਵਾਧੂ ਬੰਦਾ ਰੱਖਿਆ ਹੋਇਆ ਤੋਂ ਕਰਾਇਆ ਲੈਂਦੇ ਹਾਂ?
ਨਹੀਂ, ਮਕਾਨ ਮਾਲਕ ਨੂੰ ਮੇਰੇ ਹਿਸਾਬ ਨਾਲ ਲੱਗਦਾ ਨਹੀਂ ਦੱਸਿਆ ਹੋਊਗਾ, ਕਿਉਂਕਿ ਮਕਾਨ ਮਾਲਕ ਨੇ ਜਿੰਨੀ ਵਾਰੀ ਮੈਨੂੰ ਦੇਖਿਆ ਸੀ ਉਹ ਅੱਗੋਂ ਬਾਅਦ 'ਚ ਮੈਨੂੰ ਪਾਲ ਗਿਆ ਵੀ ਇੰਨਾ ਕਿ ਉਹ ਜਵਾਬ ਦਿੰਦੇ ਹੁੰਦੇ ਵੀ ਦੋ ਚਾਰ ਦਿਨਾਂ ਲਈ ਮੁੰਡਾ ਆਇਆ ਵਾ, ਬਾਅਦ 'ਚ ਨਹੀਂ ਚੱਲ ਜਾਣਾ ਵਾ। ਠੀਕ ਹੈ, ਅਤੇ ਹੁਣ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਉੱਥੋਂ ਆ ਗਏ ਹਾਂ ਤਾਂ ਹੁਣ ਤੁਹਾਡਾ ਰਿਹਾਇਸ਼ ਦਾ ਕੀ ਟਿਕਾਣਾ ਹੋਇਆ? ਇਹ ਮੈਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜਾ ਗੁਰਦੁਆਰਾ, ਇੱਥੇ ਸਾਰਿਆਂ ਨੇ ਬੜੀ ਮਦਦ ਕੀਤੀ, ਆਪਣੀ ਪੰਜਾਬੀ ਕਮਿਊਨਿਟੀ ਨੇ ਮਦਦ ਕੀਤੀ ਆ, ਅਤੇ ਇਹਨਾਂ ਨੇ ਇੱਥੇ ਮੈਨੂੰ ਰਹਿਣ ਦੀ ਜਗ੍ਹਾ ਦਿੱਤੀ ਹੈ ਜੀ। ਹਾਂਜੀ, 1 ਤਰੀਕ ਤੱਕ ਇੱਥੇ ਜਗ੍ਹਾ ਮਿਲੀ ਪਈ ਆ। ਅਤੇ ਉਸ ਤੋਂ 1 ਤਰੀਕ ਤੋਂ ਬਾਅਦ ਦਾ ਤੁਹਾਡਾ ਇੰਤਜ਼ਾਮ? ਹਾਂਜੀ, ਉਸ ਤੋਂ ਬਾਅਦ ਦਾ ਇੰਤਜ਼ਾਮ ਕੀਤਾ ਜੀ। ਠੀਕ ਹੈ ਜੀ, ਅਤੇ ਤੁਸੀਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਧਮਕੀ ਦਿੱਤੀ ਗਈ ਆ, ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਡੇ 'ਤੇ, ਬਹੁਤ ਵੱਡੀ ਗੱਲ ਸੀ ਜੇ ਕਦੇ ਉਹ ਕੇਸ ਬਣ ਜਾਂਦਾ ਤੁਹਾਨੂੰ ਰਿਪੋਰਟ ਹੋ ਸਕਦੀ ਸੀ, ਤੁਸੀਂ ਉਹਦਾ ਕੋਈ ਉਲਟਾ ਐਕਸ਼ਨ ਲੈ ਰਹੇ ਆ, ਪੁਲਿਸ ਕੋਲ ਗਏ ਆ? ਹਾਂਜੀ, ਮੈਂ ਪੁਲਿਸ ਕੋਲ ਗਿਆ ਸੀ, ਬਟ ਉਹਨਾਂ ਨੇ ਕੋਈ ਮੈਨੂੰ ਪ੍ਰੋਪਰ ਇਹਦੇ ਬਾਰੇ ਦੱਸਿਆ ਨਹੀਂ। ਉਹ ਤੋਂ ਬਾਅਦ ਹੁਣ ਮੈਨੂੰ ਕਾਲਾਂ ਆ ਰਹੀਆਂ ਨੇ ਪੁਲਿਸ ਤੋਂ। ਠੀਕ ਹੈ, ਉਹ ਕਹਿ ਰਹੇ ਵੀ ਦੇਖਦੇ ਹਾਂ ਜੀ, ਜੇ ਕੋਈ ਲੀਗਲ ਐਕਸ਼ਨ ਬਣਦਾ ਤਾਂ ਉਹਨਾਂ ਦੇ ਖਿਲਾਫ਼ ਜ਼ਰੂਰ ਲਵਾਂਗੇ। ਅਤੇ ਤੁਸੀਂ ਉੱਦਾਂ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਚਾਰਜ ਲਾਏ ਜਾਣੇ ਉਹਨਾਂ ਦੇ ਉੱਤੇ? ਇੱਕ ਨਹੀਂ, ਹੁਣ ਟੈਲੀਫੋਨ 'ਤੇ ਉਹਨਾਂ ਨੂੰ ਅਪੀਲ ਕੀਤੀ ਹੈ, ਬਟ ਕੱਲ੍ਹ ਉਹਨਾਂ ਦੇ ਕੋਲ ਅਸੀਂ ਪਰਸਨਲੀ ਗਏ ਸੀ, ਬਟ ਉਦੋਂ ਉਹਨਾਂ ਨੇ ਬਿਲਕੁਲ ਪੱਲਾ ਝਾੜਤਾ ਸੀ ਕਹਿੰਦੇ। ਦੋਸਤੋ, ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਨੌਜਵਾਨ ਦਾ ਜਿਹੜਾ ਸਾਥ ਦੇ ਰਹੇ ਆ ਕੁਝ ਨੌਜਵਾਨ ਇੱਥੇ ਲੋਕਲ ਹੀ ਆ, ਵਾਹਿਗੁਰੂ ਸਾਰਿਆਂ ਦੇ ਨਾਮ ਆਪ ਜਾਣਦਾ ਆ, ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਦੂਜੀ ਫੈਮਿਲੀ ਦੇ ਨਾਲ ਵੀ ਕੰਟੈਕਟ ਕੀਤਾ ਜਾਵੇ ਅਤੇ ਤਾਂ ਕਿ ਉਹਨਾਂ ਦਾ ਪੱਖ ਜਿਹੜਾ ਉਹ ਵੀ ਸੁਣਿਆ ਜਾਵੇ। ਸੋ ਵਿੱਚ ਕੁਝ ਵਿਚਾਲੇ ਹੋਰ ਸਿਆਣੇ ਬੰਦੇ ਵੀ ਪਏ ਸੀਗੇ, ਤਾਂ ਉਹਨਾਂ ਨੇ ਅੱਜ ਟਾਈਮ ਦਿੱਤਾ ਸੀ ਕਿ 6:30 ਵਜੇ ਅਸੀਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰ ਆਵਾਂਗੇ, ਅਤੇ ਸਾਡੀ ਇਹ ਕੋਸ਼ਿਸ਼ ਸੀਗੀ ਕਿ ਇਹ ਜਿਹੜੀ ਪਾੜਾ ਹੈਗਾ ਸਟੂਡੈਂਟਸ ਦਾ ਅਤੇ ਪੁਰਾਣੇ ਆਇਆਂ ਦਾ ਜਿਹੜਾ ਵੱਧਦਾ ਜਾ ਰਿਹਾ, ਇਹਨੂੰ ਘਟਾਈਏ, ਅਤੇ ਉਹਨਾਂ ਦੀ ਜਿਹੜੀ ਗਲਤੀ ਆ ਜੇ ਉਹ ਇਸ ਗੱਲ ਲਈ ਖਿਮਾ ਜਾਚਨਾ ਮੰਗ ਜਾਂਦੇ ਆ ਤਾਂ ਬਹੁਤ ਵੱਡੀ ਗੱਲ ਹੋਣੀ ਸੀ, ਤਾਂ ਕਿ ਅੱਗੇ ਵੱਧ ਸਕੀਏ ਜਿਹੜੇ ਪਾੜੇ ਆ ਇਹ ਆਪਸ ਤਕਰਾਰ ਆ ਘਟਣੇ ਚਾਹੀਦੇ। ਪਰ ਤਕਰੀਬਨ ਹੁਣ ਤੁਸੀਂ ਦੇਖ ਲਓ ਵੀ ਘੰਟਾ ਹੋ ਗਿਆ ਉਸ ਗੱਲ ਨੂੰ ਵੀ, ਅਤੇ ਉਹ ਹੁਣ ਫੋਨ ਵੀ ਨਹੀਂ ਚੱਕ ਰਹੇ ਹੈਗੇ, ਅਤੇ ਆਉਣਾ ਤਾਂ ਦੂਰ ਦੀ ਗੱਲ ਹੈਗੀ ਆ। ਫਿਰ ਵੀ ਅਸੀਂ ਬੇਨਤੀ ਕਰਾਂਗੇ ਕਿ ਜੇ ਉਹ ਕਿਤੇ ਆਪਣਾ ਪੱਖ ਦੇਣਾ ਚਾਹੁਣ, ਕਿਉਂਕਿ ਅਸੀਂ ਹਾਲੇ ਸਿਰਫ ਇਹਨਾਂ ਦਾ ਪੱਖ ਸੁਣਿਆ, ਉਹ ਤੁਹਾਨੂੰ ਦੱਸ ਰਹੇ ਹਾਂ, ਉਹਨਾਂ ਦਾ ਜੇ ਕੋਈ ਪੱਖ ਹੈਗਾ ਉਹ ਵੀ ਦੱਸ ਸਕਦੇ ਆ। ਪਰ ਜਿਹੜੀ ਗੱਲ ਕਹੀ ਗਈ ਆ ਕਿ ਵੀ ਕੱਪੜੇ ਪਾੜ ਲਓ ਅਤੇ ਤੁਹਾਨੂੰ ਰਿਪੋਰਟ ਕਰਾਉਣਾ, ਇਹਨੂੰ ਅਕਲ ਦੇਣੀ ਆ, ਉਹ ਸਾਰਿਆਂ ਨੇ ਦੇਖੀ ਆ, ਉਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾ ਸਕਦੇ, ਚਾਹੇ ਇਹਦਾ ਕਿੰਨਾ ਮਰਜ਼ੀ ਵੀ ਕਸੂਰ ਹੋਵੇ, ਪਰ ਫਿਰ ਵੀ ਉਹ ਆਪਣਾ ਪੱਖ ਦੇ ਸਕਦੇ ਆ। ਅਤੇ ਛੋਟੇ ਵੀਰ, ਅਖੀਰ ਦੇ ਵਿੱਚ ਜਿਹੜੇ ਵੀਡੀਓ ਦੇਖ ਰਹੇ ਜਾਂ ਲਾਈਵ ਦੇਖ ਰਹੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਆ, ਜਾਂ ਜਿਹੜੇ ਹੋਰ ਸਟੂਡੈਂਟਸ ਇੱਦਾਂ ਆ ਕੇ ਫੋਨ ਕਰ ਲੈਂਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਕਈ ਰੂਮ ਰੈਂਟ ਕਰ ਲੈਂਦੇ ਆ, ਸਬ ਲੈਟ ਕਰ ਲੈਂਦੇ? ਮੈਂ ਤਾਂ ਇੱਥੇ ਇਹੀ ਕਹਿਣਾ ਚਾਹੁੰਦਾ ਵੀ ਮੇਰੀ ਗੱਲ ਤਾਂ ਕਿ ਜੇ ਕੋਈ ਰੂਮ ਲੈਂਦੇ ਆ ਤਾਂ ਪਹਿਲਾਂ ਸਿੱਧਾ ਆਪਾਂ ਕੋਂਟਰੈਕਟ ਕਰਨ, ਕਿਉਂਕਿ ਲੀਗਲ ਇਹਨਾਂ ਕੋਲ ਹੱਥ ਵਿੱਚ ਡਾਕੂਮੈਂਟੇਸ਼ਨ ਹੋਏ ਵੀ ਹਾਂ ਮੈਂ ਇੱਥੇ ਰਹਿ ਰਿਹਾ ਵਾਂ, ਤਾਂ ਕਿ ਕੱਲ੍ਹ ਨੂੰ ਜੇ ਕੋਈ ਧੱਕਿਆ ਤੁਹਾਨੂੰ ਕੱਢ ਨਹੀਂ ਸਕਦਾ ਬਾਹਰ। ਹਾਂਜੀ, ਬਾਕੀ ਜੇ ਕਿਸੇ ਫੈਮਿਲੀ ਨਾਲ ਸ਼ੇਅਰ ਕਰਨਾ ਵਾ ਤਾਂ ਬਿਲਕੁਲ ਸੋਚ ਸਮਝ ਕੇ ਫਿਰ ਸ਼ੇਅਰ ਕਰਿਓ, ਉਹ ਤੋਂ ਬਗੈਰ ਨਾ ਕਰਿਓ। ਅਤੇ ਹੁਣ ਇੱਕ ਗੱਲ ਵੀ ਅਖੀਰ ਦੇ ਵਿੱਚ ਮੈਂ ਪੁੱਛਣੀ ਚਾਹੂੰਗਾ ਕਿ ਜਿਹਨਾਂ ਨੇ ਤੈਨੂੰ ਧੱਕਾ ਦਿੱਤਾ, ਜਿਹਨਾਂ ਨੇ ਤੇਰੇ ਨਾਲ ਇਹ ਮਾੜਾ ਕੀਤਾ, ਉਹ ਆਪ ਵੀ ਖੁਦ ਕਿਰਾਏਦਾਰ ਸੀਗੇ, ਅਤੇ ਅੱਜ ਜਿਹੜੀ ਤੇਰੇ ਬਾਂਹ ਫੜਨ ਲਈ ਇੱਥੇ ਤਿੰਨਾਂ ਨੌਜਵਾਨ ਸਵੀਗਰਦੇ ਘੁੰਮਦੇ ਆ, ਉਹ ਵੀ ਪੁਰਾਣੇ ਆਏ ਹੋਏ ਆ, ਹੈ ਨਾ ਸਾਰੇ? ਹਾਂਜੀ, ਉਹ 'ਚ ਪੁਰਾਣੇ ਵੀ ਆ, ਸਟੂਡੈਂਟ ਵੀ ਹੈਗੇ ਆ, ਇੱਥੇ ਕੰਮ ਕਰਨ ਆਏ ਵਰਕ ਵਾਲੇ ਉਹ ਵੀ ਹੈਗੇ ਆ ਜੀ, ਸਾਰੇ ਹਰ ਤਰ੍ਹਾਂ ਦੇ ਇੱਥੇ ਹੈਗੇ, ਪੱਕੇ ਵੀ ਆ, ਕੱਚੇ ਵੀ। ਸੋ ਇਹ ਇੱਕ ਬਹੁਤ ਵੱਡਾ ਸੁਨੇਹਾ ਆ ਕਿ ਅਸੀਂ ਸਾਰੇ ਸਾਂਝੇ ਹਾਂ, ਅਸੀਂ ਕੋਈ ਸਟੂਡੈਂਟ ਨਹੀਂ, ਕੋਈ ਪੱਕਾ ਨਹੀਂ, ਕੋਈ ਕੱਚਾ ਨਹੀਂ, ਕੋਈ ਪੁਰਾਣਾ ਨਹੀਂ, ਜਿੱਥੇ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਸਾਰੀ ਕਮਿਊਨਿਟੀ ਆਪਾਂ ਇੱਕ ਹੈਗੇ ਹਾਂ, ਇੱਕੋ ਕਮਿਊਨਿਟੀ। ਬਿਲਕੁਲ ਜੀ, ਅਤੇ ਧੰਨਵਾਦ ਤੇਰਾ ਬਹੁਤ ਬਹੁਤ ਸਮਾਂ ਕੱਢਣ ਦੇ ਲਈ, ਅਤੇ ਉਮੀਦ ਕਰਦੇ ਹਾਂ ਵੀ ਉਹ ਆਪਣੀ ਜਿਹੜੀ ਗਲਤੀ ਨੂੰ ਸੁਧਾਰਨਗੇ, ਖਿਮਾ ਜਾਚਨਾ ਕਰਨਗੇ, ਵਾਹ ਨਾਲ ਜੋ ਕਾਨੂੰਨ ਜਿਹੜਾ ਵੀ ਐਕਸ਼ਨ ਲਿਆਊਗਾ ਉਹਦੇ ਹਿਸਾਬ ਦੇ ਨਾਲ ਫਿਰ ਉਹਨੂੰ ਸਿੱਝਣਾ ਪਊਗਾ ਜੀ। ਧੰਨਵਾਦ ਸਰ, ਸਤਿ ਸ਼੍ਰੀ ਅਕਾਲ। ਜੀ ਹਾਂ ਗੁਰੂ ਪਿਆਰਿਓ, ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਦੇਸ਼ ਤੋਂ ਜਾਂਦੇ ਨੇ ਪੜ੍ਹਨ ਲਿਖਣ ਵਾਸਤੇ, ਕੁਝ ਬਣਨ ਵਾਸਤੇ, ਆਪਣੇ ਮਾਪਿਆਂ ਦਾ ਭਾਰ ਹੌਲਾ ਕਰਨ ਵਾਸਤੇ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਸਤੇ। ਪਰ ਆਪਣੇ ਹੀ ਦੇਸ਼ ਦੇ ਕੁਝ ਅਜਿਹੇ ਨਾਮੁਰਾਦ ਉੱਥੇ ਬੈਠੇ ਨੇ ਜਿਹੜੇ ਬੱਚਿਆਂ ਨੂੰ ਤੰਗ ਕਰਕੇ, ਬਲੈਕਮੇਲ ਕਰਕੇ, ਉਹਨਾਂ ਤੋਂ ਵੱਧ ਪੈਸਾ ਐਠਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਉੱਤੇ ਅਜਿਹੇ ਪੈਂਤਰੇ ਚਲਾ ਕੇ ਕਿ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਜਾਂ ਤੁਹਾਨੂੰ ਬਦਨਾਮ ਕਰ ਦਿੱਤਾ ਜਾਵੇਗਾ, ਬੱਚਿਆਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਅੰਡਰ ਐਸਟੀਮੇਟ ਕਰਦੇ ਨੇ। ਤਾਂ ਪਤਾ ਨਹੀਂ ਕਿੰਨੇ ਅਜਿਹੇ ਬੱਚੇ ਨੇ ਜਿਹੜੇ ਬਿਨਾਂ ਕੁਝ ਬੋਲਿਆਂ, ਬਿਨਾਂ ਮਾਪਿਆਂ
ਨੂੰ ਕੁਝ ਦੱਸਿਆ ਮਿਸਯੂਜ਼ ਹੋ ਵੀ ਜਾਂਦੇ ਨੇ, ਅੰਡਰ ਐਸਟੀਮੇਟ ਹੋ ਵੀ ਜਾਂਦੇ ਨੇ। ਇਸ ਕਰਕੇ ਸਾਰੇ ਵਿਦੇਸ਼ਾਂ ਵਿੱਚ ਪੜ੍ਹਦੇ ਹੋਏ ਸਟੂਡੈਂਟਸ ਨੂੰ, ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਰਿਹਾ ਕਰੋ, ਨਾਲੇ ਬੱਚਿਆਂ ਤੋਂ ਪੁੱਛਦੇ ਰਿਹਾ ਕਰੋ ਕਿ ਜਿੱਥੇ ਵੀ ਉਹ ਰਹਿੰਦੇ ਨੇ ਕਿ ਉੱਥੇ ਕੋਈ ਤਕਲੀਫ ਤਾਂ ਨਹੀਂ। ਅਤੇ ਬੱਚਿਆਂ ਨੂੰ ਵੀ ਚਾਹੀਦਾ ਹੈ, ਸਟੂਡੈਂਟਸ ਨੂੰ ਵੀ ਚਾਹੀਦਾ ਹੈ ਕਿ ਅੱਜ ਕੱਲ੍ਹ ਦੇ ਅਜੋਕੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਮਰਜੀਤ ਸਿੰਘ ਸੈਣੀ ਨੇ ਆਪਣੀ ਸਮਾਰਟਨੈਸ ਦਿਖਾਈ ਹੈ, ਉਸ ਦੇ ਨਾਲ ਹੁੰਦੇ ਹੋਏ ਧੱਕੇ ਦੀ ਉਸਨੇ ਵੀਡੀਓ ਬਣਾ ਕੇ ਵਾਇਰਲ ਕੀਤੀ, ਜਿਸ ਤੋਂ ਬਾਅਦ ਕੋਈ ਵੀ ਉਸਦੇ ਉੱਤੇ ਉਂਗਲ ਚੁੱਕਣ ਜੋਗਾ ਨਹੀਂ ਰਿਹਾ। ਤੁਸੀਂ ਵੀ ਆਪਣੇ ਆਪ ਦੇ ਵਿੱਚ ਥੋੜ੍ਹਾ ਅਵੇਅਰ ਰਿਹਾ ਕਰੋ ਤਾਂ ਜੋ ਕੋਈ ਵੀ ਤੁਹਾਨੂੰ ਕਦੇ ਵੀ ਬਲੈਕਮੇਲ ਨਾ ਕਰ ਸਕੇ ਜਾਂ ਅੰਡਰ ਐਸਟੀਮੇਟ ਨਾ ਕਰ ਸਕੇ ਜਾਂ ਤੁਹਾਡੇ ਕਰੀਅਰ ਨੂੰ ਤਬਾਹ ਨਾ ਕਰ ਸਕੇ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਉਸ ਵਿਦਿਆਰਥੀ ਤੱਕ ਇਹ ਵੀਡੀਓ ਪਹੁੰਚੇ ਜੋ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਿਹਾ ਹੈ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।